आया सैलूलर जेल, जिन्हें भी अंग्रेज़ों के खिलाफ बगावत की उन्हूं इस जेल दे विच ही बंद किया गया, जिन्हों के बहुत सारे पंजाबी भी सी। डॉक्टर दीवान सिंह कालेपाणी उन्होंने इत्थे ही तसीहे दे के शहीद किया गया सी। इस जेल के अंदर होर भी बहुत सारिया थावां ने, बैरकां भी ने जिथे तसीहे दिते जांदे सी, उह थावां भी ने। ते फांसी घर सब तो पहला मूहरे है जिथे तीन तीन बंदियां नूं इकट्ठियां फांसी दे दित्ती जांदी सी, उह थां भी तुहानूं दिखाउंदे आ। पर इह दस दिंदे आ कि इह कोई पहले ही जेल नहीं सी, इत्थे टापू सी जिथे बागियां नूं छड्ड दित्ता जांदा सी कि समुंदरी जीव उन्हां नूं खा जाण ਤਾਂ ਕਿ ਉਹ ਵਾਪਸ ਹੀ ਨਾ ਜਾ ਸਕਣ ਆਪਣੇ ਦੇਸ਼। ਪਰ ਬਾਅਦ ਦੇ ਵਿੱਚ ਇਹਨੂੰ ਜੇਲ੍ਹ ਬਣਾਇਆ ਗਿਆ, ਜਿਹੜੇ ਕੈਦੀ ਇੱਥੇ ਰੱਖੇ ਗਏ ਸੀ ਉਹਨਾਂ ਤੋਂ ਇਹ ਜੇਲ੍ਹ ਬਣਵਾਈ ਗਈ। ਤਾਂ ਆ ਸਾਹਮਣੇ ਪਹਿਲਾਂ ਉਹ ਥਾਂ ਆ ਜਿੱਥੇ ਜਦੋਂ ਫਾਂਸੀ ਦਿੱਤੀ ਜਾਣੀ ਹੁੰਦੀ ਸੀ ਤਾਂ ਉੱਥੇ ਰਸਮਾਂ ਰਿਵਾਜ਼ ਕੀਤੇ ਜਾਂਦੇ ਸੀ ਫਾਂਸੀ ਦੇਣ ਤੋਂ ਪਹਿਲਾਂ। ਤਾਂ ਅੰਦਰ ਫਾਂਸੀ ਘਰ ਹੈ ਜਿੱਥੇ ਤਿੰਨ ਤਿੰਨ ਬੰਦਿਆਂ ਨੂੰ ਇਕੱਠੇ ਹੀ ਮੌਤ ਦੀ ਸਜ਼ਾ ਦੇ ਦਿੱਤੀ ਜਾਂਦੀ ਸੀ। ਕਰਮਚਾਰੀਆਂ ਦੇ ਖਿਲਾਫ ਬੋਲਦੇ ਸੀ, ਹਮਲਾ ਕਰ ਦਿੰਦੇ ਸੀ, ਜਾਂ ਫਿਰ ਜਿਨ੍ਹਾਂ ਦੀ ਸਜ਼ਾ ਥੋੜ੍ਹੀ ਜ਼ਿਆਦਾ ਹੋ ਜਾਂਦੀ ਸੀ ਕਹਿੰਦੇ ਉਹਨਾਂ ਨੂੰ ਫਾਂਸੀ ਦਿੰਦੇ ਸੀਗੇ। ਅੰਦਰ ਉਹ ਫਾਂਸੀ ਦੇ ਰੱਸੇ ਉਸੇ ਤਰ੍ਹਾਂ ਲਟਕ ਰਹੇ ਨੇ। ਆਹ ਫਾਂਸੀ ਘਰ ਆ ਬਣਿਆ ਹੋਇਆ ਪੂਰਾ, ਅੰਦਰ ਤਿੰਨ ਰੱਸੀਆਂ ਲਟਕ ਰਹੀਆਂ ਨੇ, ਫੱਟਿਆਂ ਦਾ ਥੱਲੇ ਬਣਿਆ ਹੋਇਆ ਵਾ। ਇੱਕ ਵੱਖਰਾ ਦਰਵਾਜ਼ਾ ਰੱਖਿਆ ਗਿਆ ਸੀ ਜਿੱਥੋਂ ਕਿ ਲਾਸ਼ਾਂ ਬਾਹਰ ਕੱਢੀਆਂ ਜਾਂਦੀਆਂ ਸੀ। ਥੱਲੇ ਚੱਲ ਕੇ ਤੁਹਾਨੂੰ ਉਹ ਵੀ ਦਿਖਾਉਂਦੇ ਹਾਂ। ਆਹ ਪੂਰਾ ਅੰਦਰ ਦਾ, ਰੌਂਗਟੇ ਖੜ੍ਹੇ ਹੁੰਦੇ ਨੇ ਉਹ ਸੀਨ ਯਾਦ ਕਰਕੇ ਵੀ ਕਿ ਜਦੋਂ ਆਜ਼ਾਦੀ ਲੈਣ ਦੇ ਲਈ ਯੋਧੇ ਸੰਘਰਸ਼ ਕਰਦੇ ਸੀ ਤਾਂ ਕਿਵੇਂ ਉਹਨਾਂ ਨੂੰ ਇੱਥੇ ਛੱਡ ਦਿੱਤਾ ਜਾਂਦਾ ਸੀ, ਕਾਲੇ ਪਾਣੀ ਦੀ ਸਜ਼ਾ ਦੇ ਦਿੱਤੀ ਜਾਂਦੀ ਸੀ ਕਿ ਦੇਸ਼ ਨਿਕਾਲਾ ਦੇ ਦਿੱਤਾ ਜਾਂਦਾ ਸੀ ਕਿ ਆਪਣੇ ਦੇਸ਼ ਵਾਪਸ ਨਹੀਂ ਆ ਸਕਦੇ, ਕਿਉਂਕਿ ਵੈਸੇ ਵੀ ਕੋਈ ਉੱਥੋਂ ਵਾਪਸ ਨਹੀਂ ਜਾ ਸਕਦਾ ਸੀ, ਸਮੁੰਦਰ ਦਾ ਇਲਾਕਾ ਸੀ ਕਿ ਇੱਥੋਂ ਵਾਪਸ ਬੰਦਾ ਜਾ ਵੀ ਕਿਵੇਂ ਜਾ ਸਕਦਾ ਸੀ। ਹੁਣ ਵੀ ਜੇ ਆਉਣਾ ਹੋਵੇ ਤਾਂ ਆਪਾਂ ਪਲੇਨ 'ਚ ਆਉਂਦੇ ਹਾਂ ਜਾਂ ਸ਼ਿਪ ਦੇ ਵਿੱਚ ਆਉਂਦੇ ਤਾਂ ਉਦੋਂ ਤਾਂ ਵਾਪਸੀ ਦਾ ਰਾਹ ਹੈ ਹੀ ਬੜਾ ਔਖਾ ਸੀ, ਇਸੇ ਲਈ ਇੱਥੇ ਛੱਡਦੇ ਸੀ। ਦੇਸ਼ ਨਿਕਾਲਾ ਦਿੱਤਾ ਜਾਂਦਾ ਸੀਗਾ ਬਾਗੀਆਂ ਨੂੰ, ਆਪਣੇ ਦੇਸ਼ ਦੇ ਲਈ ਲੜਨ ਵਾਲਿਆਂ ਨੂੰ, ਤਾਂ ਫੱਟਾ ਨਿਕਲ ਜਾਂਦਾ ਸੀ ਉੱਪਰ ਤਿੰਨ ਜਿਹੜੇ ਰੱਸੇ ਲੱਗੇ ਆ, ਫੱਟਾ ਨਿਕਲ ਕੇ ਬੰਦਾ ਇੱਥੇ ਲਟਕ ਜਾਂਦਾ ਸੀ, ਉਹਨਾਂ ਦੀ ਮੌਤ ਹੋ ਜਾਂਦੀ ਸੀ। ਤਾਂ ਇੱਥੋਂ ਉਹਨਾਂ ਨੂੰ ਬਾਹਰ ਲੈ ਕੇ ਜਾਂਦੇ ਸੀ। ਆਹ ਛੋਟਾ ਦਰਵਾਜ਼ਾ ਬਣਿਆ ਹੋਇਆ ਥੱਲੇ ਨੂੰ, ਕਿਸੇ ਹੋਰ ਧਰਤੀ ਦੇ ਬੰਦੇ ਕਿਸੇ ਹੋਰ ਧਰਤੀ 'ਤੇ ਉਹਨਾਂ ਨੂੰ ਲਿਆ ਕੇ ਇੱਦਾਂ ਕਰਦੇ ਸੀ। ਮਤਲਬ ਬ੍ਰਿਟਿਸ਼ਰ ਕਿੱਥੋਂ ਤੱਕ ਆਏ, ਕਿੱਦਾਂ ਦੇ ਤਸੀਹੇ ਦਿੱਤੇ ਉਹਨਾਂ ਨੇ ਸਾਡੇ ਬੰਦਿਆਂ ਨੂੰ ਸੋਚ ਕੇ ਵੀ ਇਸ ਚੀਜ਼ ਬਾਰੇ। ਤੇ ਇਧਰਲੇ ਪਾਸੇ ਤਸੀਹੇ ਕੀ ਦਿੰਦੇ ਸੀਗੇ, ਕਰਾਉਂਦੇ ਕੀ ਕੀ ਸੀਗੇ ਜੇਲ੍ਹ 'ਚੋਂ, ਜੇਲ੍ਹ 'ਚ ਉਹਨਾਂ ਕੋਲੋਂ, ਉਹ ਵੀ ਵਿਖਾਉਂਦੇ ਹਾਂ ਤੁਹਾਨੂੰ। ਇੱਧਰਲੇ ਪਾਸੇ ਡੈਮੋਜ਼ ਲਈ ਉਹਨਾਂ ਨੇ ਡੈਮੋ ਬਣਾ ਕੇ ਲਾਈਆਂ ਪਈਆਂ। ਅਤੇ ਫਿਰ ਆਪਾਂ ਕੋਠੜੀਆਂ ਵਾਲੇ ਪਾਸੇ ਵੀ ਚੱਲਦੇ ਹਾਂ, ਕੋਠੜੀਆਂ ਉਵੇਂ ਹੀ ਨੇ, ਉਹੀ ਕੋਠੜੀ 'ਚ ਇੱਕ ਜਣੇ ਨੂੰ ਰੱਖਿਆ ਜਾਂਦਾ ਸੀਗਾ ਤਾਂ ਜੋ ਕਿ ਕੋਈ ਗੱਲਬਾਤ ਵੀ ਨਾ ਕਰ ਸਕੇ ਇੱਕ ਦੂਸਰੇ ਦੇ ਨਾਲ। ਆ ਇੱਥੇ ਦਿਖਾਏ ਨਮੂਨੇ ਦਿਖਾਏ ਆ ਵੀ ਕਿੱਦਾਂ ਕਿੱਦਾਂ ਕਿਹੜੇ ਕਿਹੜੇ ਕੰਮ ਕਰਾਉਂਦੇ ਸੀ। ਤੇਲ ਕਢਵਾਉਂਦੇ ਸੀ ਜ਼ਿਆਦਾ, ਕਿਉਂਕਿ ਨਾਰੀਅਲ ਬਹੁਤ ਜ਼ਿਆਦਾ ਆ, ਨਾਰੀਅਲ ਚਲਾ ਕੇ ਉਹਦਾ ਕੰਮ ਕਰਵਾਉਂਦੇ ਸੀ। ਰੱਸੀਆਂ ਬਣਵਾਉਂਦੇ ਸੀਗੇ। ਆਹ ਸਾਹਮਣੇ ਇਹ ਕੋਲੂ ਹੈ ਜਿਹੜਾ ਜਿੱਥੋਂ ਤੇਲ ਨਿਕਲਦਾ ਆ, ਕੋਲੂ ਇਹ ਪੁਰਾਣਾ ਹੀ ਹੈ, ਕਿਉਂਕਿ ਦੇਸੀ ਢੰਗ ਦੇ ਨਾਲ ਪਹਿਲਾਂ ਇੱਦਾਂ ਤੇਲ ਕੱਢਿਆ ਜਾਂਦਾ ਸੀ। ਨਾਰੀਅਲ ਇੱਥੇ ਵਾਧੂ ਸੀਗੇ ਅਤੇ ਨਾਰੀਅਲ ਦਾ ਤੇਲ ਕੱਢਿਆ ਜਾਂਦਾ ਸੀ। ਇਹਦੇ 'ਚ ਨਾਰੀਅਲ ਜਦੋਂ ਪੈ ਜਾਂਦਾ ਤਾਂ ਫਿਰ ਆਲੇ ਦੁਆਲੇ ਤੁਸੀਂ ਵੇਖੇ ਹੋਣੇ ਦੇਸੀ ਕੋਲੂ ਬਥੇਰਿਆਂ ਨੇ ਵੈਸੇ। ਅਤੇ ਉਹੀ ਜੇਲ੍ਹ 'ਚ ਕੋਲੂ ਦਾ ਕੰਮ ਸਭ ਤੋਂ ਖਤਰਨਾਕ ਸੀਗਾ, ਕਹਿੰਦੇ ਜਿਹੜਾ ਕਰਦਾ ਨਹੀਂ ਸੀ ਤਾਂ ਉੱਤੇ ਵੱਧ ਤਸ਼ੱਦਦ ਚਾਹੁੰਦੇ ਸੀਗੇ। ਆਹ ਪੂਰੀ ਡੈਮੋ ਲਾਈ ਆ ਵੀ ਇੱਦਾਂ ਬੰਦਾ ਨਾਰੀਅਲ ਫੜਦਾ ਸੀ, ਛਿੱਲਦੇ ਸੀ ਨਾਰੀਅਲ ਨੂੰ। ਆਹ ਉਸੇ ਤਰ੍ਹਾਂ ਹਿਸਾਬ ਕਿਤਾਬ ਪੂਰਾ। ਇੱਧਰ ਲਗਾਤਾਰ ਚੱਕਰ ਕੱਢਣੇ ਪੈਂਦੇ ਸੀ, ਕਹਿੰਦੇ ਜਿਹੜਾ ਰੁਕ ਜਾਂਦਾ ਸੀ ਨਾ ਤਾਂ ਉਹ ਤੇ ਕੋੜੇ ਵੀ ਮਾਰੇ ਜਾਂਦੇ ਸੀ ਪਿੱਛੋਂ, ਤੇ ਕੋੜੇ ਮਾਰਨ ਵਾਲਾ ਸਰੀਰ ਆਦੇ ਇੱਧਰ ਬੰਦੇ ਨੂੰ ਲਟਾ ਕੇ ਸਰੀਰ ਤੇ ਕੋੜੇ ਮਾਰ ਰਹੇ ਆ। ਡੈਮੋਆਂ ਪੂਰੀ ਦਿੱਤੀ ਗਈ, ਆਪਾਂ ਫਿਲਮਾਂ 'ਚ ਸੀਨ ਦੇਖੇ ਆ ਕਿ ਕਿੱਦਾਂ ਅੰਗਰੇਜ਼ ਤਸੀਹੇ ਦਿੰਦੇ ਸੀ, ਆ ਕੈਦੀਆਂ ਦੀਆਂ ਤਸਵੀਰਾਂ ਬਣਾਈਆਂ, ਕਿੱਦਾਂ ਉਹਨਾਂ ਦੇ ਬੇੜੀਆਂ ਪਾਉਂਦੇ ਸੀ ਕਿਸੇ ਦੇ। ਇਹ ਸਖਤੀ ਦੇ ਹਿਸਾਬ ਨਾਲ ਹੈ ਵੀ ਜਿਹੜਾ ਜਿਵੇਂ ਜਿਵੇਂ ਦਾ ਕ੍ਰਿਮੀਨਲ ਕ੍ਰਾਈਮ ਵੱਡਾ ਹੁੰਦਾ ਉਵੇਂ ਉਵੇਂ ਕਰਦੇ। ਜਿੱਦਾਂ ਇਹਦੇ ਪੈਰਾਂ ਦੇ ਵਿੱਚ ਵੀ ਇਸ ਤਰ੍ਹਾਂ ਆ, ਅਤੇ ਪੂਰਾ ਇਹਨੂੰ ਨਾਮ ਦਿੱਤਾ ਕ੍ਰੋਸ ਬਾਰ ਫੈਟਰਸ। ਅਤੇ ਆਹ ਫਿਰ ਥੋੜ੍ਹੀ ਜਿਹੀ ਉਹਦੇ ਨੂੰ ਢਿੱਲਿਆ, ਇੱਥੇ ਪੈਰਾਂ ਦੇ ਵਿੱਚ ਸਿੱਧਾ ਇਸ ਰੁੱਖ ਸਰੀਆ ਨਹੀਂ ਹੈਗਾ, ਅਤੇ ਆਹ ਵਾਲੀ ਫਿਰ ਇਹਨੂੰ ਥੋੜ੍ਹਾ ਜਿਹਾ ਹੋਰ ਢਿੱਲ ਵਾਲੀ ਆ ਗਈ। ਇਹ ਚੇਨ ਫੈਟਰ ਇਹ ਇਕੱਲੇ, ਅਤੇ ਆਹ ਵਰਦੀ ਸੀਗੀ, ਇਹ ਵਰਦੀ ਸੀ ਜਦੋਂ ਫਾਂਸੀ ਹੁੰਦੀ ਸੀ ਬੋਰੀਆਂ ਦੇ, ਜਦੋਂ ਪੁਨਿਸ਼ਮੈਂਟ ਦਿੰਦੇ ਸੀ ਉਹਨਾਂ ਨੂੰ, ਪੁਨਿਸ਼ਮੈਂਟ ਡਰੈਸ ਆ ਇਹ। ਚਲੋ ਹੁਣ ਆਪਾਂ ਚੱਲਦੇ ਹਾਂ ਉੱਧਰ ਬੈਰਕਾਂ ਵਾਲੇ ਪਾਸੇ ਨੂੰ। ਜੇਲ੍ਹ ਦਾ ਅਸਲ ਮਾਡਲ ਆਹ ਆ, 7 ਬਲੋਕ ਸੀਗੇ ਇਹਦੇ, ਅਤੇ ਮਿਡਲ ਦੇ ਵਿੱਚ ਉਹ ਟਾਵਰ ਜਿੱਥੋਂ ਕਿ ਸਾਰੇ ਕੈਦੀਆਂ ਦੇ ਉੱਤੇ ਨਿਗਰਾਨੀ ਰੱਖੀ ਜਾਂਦੀ ਸੀ।
हुणे सिर्फ तीन ब्लॉक बचे ने इहदे ते चार दी जगह ते कुछ होर बन गया उह तुहानूं उपर चल के विखाउने आ। आया जेलां दा उह चबूतरा जिथों सारे पासे निगाह रखी जा सकदी सी कि कोई कैदी इत्थों भज तां नहीं रिहा। वैसे भी भज के कैदियां ने जाणा कित्थे आ, उह सामणे तुहानूं इक आइलैंड दिख रिहा होणा समुंदर दे परले पासे, रोज़ आइलैंड आ उह। ते उत्थे कुछ कैदी भज के चल जांदे सी वैसे तैर तूर के, ते उहनां नूं फिर फड़ के लियांदे सी ते इत्थों सारे पासे निगाह रखी जांदी सी। जिवें इक भुजा आया जेल दी, इक आया ते इक आ, तीन भुजावां हो गईआं, इह सत्त सी टोटल, पर चार इहदीआं ढा दित्तीआं गईआं ते उहनां दी जगह ते आ हॉस्पिटल बना दित्ता। मैडिकल इहनूं कहिंदे आ। ਅਤੇ ਇੱਥੇ ਸਾਰੀਆਂ ਹੁਣ ਸਿਹਤ ਸਹੂਲਤਾਵਾਂ ਅੰਡੇਮਾਨ ਦੀਆਂ ਜਿੰਨੀਆਂ, ਮਤਲਬ ਮੇਨ ਹੋਸਪਿਟਲ ਹੱਬ ਆ ਇਹ ਇੱਥੋਂ ਦਾ, ਜਿੰਨੀਆਂ ਵੀ ਸੀਰੀਅਸ ਕਿਤੇ ਰੈਫਰ ਵੀ ਕੀਤਾ ਜਾਂਦਾ ਉਹਨਾਂ ਨੂੰ ਇੱਥੇ ਹੀ ਲੈ ਕੇ ਆਇਆ ਜਾਂਦਾ। ਪੋਰਟ ਬਲੇਅਰ ਦਾ ਇਹ ਮੇਨ ਵੱਡਾ ਹਸਪਤਾਲ ਆ ਅਤੇ ਦੇਖੋ ਆਲੇ ਦੁਆਲੇ ਸਮੁੰਦਰ ਹੀ ਸਮੁੰਦਰ ਹੈ ਅਤੇ ਇਹਨਾਂ ਸਮੁੰਦਰਾਂ ਤੋਂ ਹੀ ਲਿਆ ਕੇ ਇਸੇ ਆਈਲੈਂਡ 'ਤੇ ਲਾ ਦਿੱਤਾ ਜਾਂਦਾ ਸੀ ਜਿੰਨੇ ਵੀ ਆਜ਼ਾਦੀ ਘੁਲਾਟੀਏ ਸੀਗੇ। ਥੱਲੇ ਚੱਲਦੇ ਹਾਂ, ਥੱਲਿਓਂ ਬੈਰਕਾਂ ਵਿਖਾਉਣੇ ਤੁਹਾਨੂੰ। ਜਿਵੇਂ 700 ਬੈਰਕਾਂ ਨੇ ਅਤੇ ਸੱਤ ਇਹਦੇ ਸੱਤ ਹੀ ਭੁਜਾਵਾਂ ਨੇ, ਸੱਤ ਬਲੋਕ ਨੇ ਅਤੇ ਹਰੇਕ ਦੇ ਵਿੱਚ ਫਿਰ 100 ਹੋਊਗਾ ਜਾਂ ਵੱਧ ਘੱਟ ਗਿਣਤੀ ਹੋ ਸਕਦੀ ਹੈ। ਅਤੇ ਆਪਾਂ ਅੰਦਰੋਂ ਬੈਰਕ ਦੇਖਦੇ ਹਾਂ ਚੱਲ ਕੇ ਕਿ ਅੰਦਰੋਂ ਕਿਵੇਂ ਦੀ ਸੀ ਬੈਰਕ। ਇੱਧਰ ਉਹ ਬੈਰਕਾਂ ਨੇ ਜਿਨ੍ਹਾਂ ਦੇ ਵਿੱਚ ਕੈਦੀਆਂ ਨੂੰ ਬੰਦ ਕਰਕੇ ਰੱਖਿਆ ਜਾਂਦਾ ਸੀ। ਅੰਦਰ ਚੱਲ ਕੇ ਵੀ ਦੇਖਦੇ ਹਾਂ, ਦੇਖੋ ਕਿੰਨਾ ਹਨੇਰਾ ਆ, ਕਾਲ ਕੋਠੜੀ, ਅਤੇ ਇੱਕ ਦੇ ਵਿੱਚ ਇੱਕ ਬੰਦਾ ਹੀ ਰੱਖਿਆ ਜਾਂਦਾ ਸੀ ਤਾਂ ਜੋ ਕਿ ਉਹ ਗੱਲਬਾਤ ਵੀ ਨਾ ਕਰ ਸਕਣ ਇੱਕ ਦੂਸਰੇ ਤੋਂ। ਉਹਨਾਂ ਨੂੰ ਇਸ ਕਰਕੇ ਵੀ ਦੂਰ ਰੱਖਿਆ ਜਾਂਦਾ ਸੀ ਕਿ ਆਪਸ 'ਚ ਕੋਈ ਪਲੈਨ ਕਰਕੇ ਇੱਥੋਂ ਭੱਜ ਨਾ ਜਾਣ। ਰੋਸ਼ਨੀ ਲਈ ਸਿਰਫ ਇੱਕੋ ਇੰਨਾ ਕੁ ਰੋਸ਼ਨਦਾਨ ਆ ਅਤੇ ਇਹਦਾ ਸਾਈਜ਼ ਜਿਹੜਾ ਉੱਥੇ ਲਿਖਿਆ ਇਹਨਾਂ ਨੇ 13.5x7 ਦਾ ਇਹਦਾ ਸਾਈਜ਼ ਆ। ਅਤੇ ਆਹ ਦਰਵਾਜ਼ੇ ਵੀ ਬਹੁਤ ਮਜ਼ਬੂਤ ਹੁੰਦੇ ਸੀ ਲੋਹੇ ਦੇ ਕਿ ਤੋੜ ਵੀ ਨਾ ਸਕੇ ਕੋਈ ਇਹਨੂੰ। ਆਹ ਵੇਖੋ ਕੰਧਾਂ ਕਿੱਡੀਆਂ ਮੋਟੀਆਂ ਅਤੇ ਮਜ਼ਬੂਤ ਸੀਗੀਆਂ। ਦੋ ਇੱਟਾਂ ਨੇ, ਮਤਲਬ ਇੱਕ ਇੱਟ 9 ਇੰਚੀ ਦੀ ਹੁੰਦੀ ਆ ਅਤੇ 18 ਇੰਚੀ ਦੀ ਕੰਧ ਆ। ਸਾਰੀਆਂ 18-18 ਇੰਚੀ ਦੀਆਂ ਕੰਧਾਂ ਨੇ ਹੋਈਆਂ ਪਈਆਂ ਇਹ, ਵੀ ਬੰਦਾ ਚਾਹ ਕੇ ਤੋੜ ਵੀ ਨਹੀਂ, ਸੰਨ ਵੀ ਨਹੀਂ ਲਾ ਸਕਦਾ ਸੀ ਜੇਲ੍ਹ। ਮਜ਼ਬੂਤੀ ਪੂਰੀ ਸੀਗੀ। ਅਤੇ ਇੱਧਰ ਅੱਗੇ ਚੱਲ ਕੇ ਆਪਾਂ ਲਿਸਟਾਂ ਵੀ ਦੇਖਦੇ ਹਾਂ ਜਿਨ੍ਹਾਂ ਕੈਦੀਆਂ ਨੂੰ ਇੱਥੇ ਕੈਦ ਰੱਖਿਆ ਗਿਆ। ਪੰਜਾਬ ਦੇ ਸਰਲੱਥ ਯੋਧਿਆਂ ਦੇ ਨਾਮ ਵੀ ਆ ਇਸ ਲਿਸਟ ਦੇ ਵਿੱਚ। ਆਹ ਬੋਰਡ ਲੱਗਾ ਇੱਥੇ ਬਣਾਏ ਹੋਏ ਇਹਨਾਂ ਨੇ, ਸਾਰਿਆਂ ਦੇ ਲੱਗੇ ਆ। ਹੋਰ ਪੜ੍ਹਨੇ ਤਾਂ ਆਪਾਂ ਬਾਅਦ 'ਚ ਵੇਖਦੇ ਹਾਂ, ਪਰ ਪੰਜਾਬ ਵਾਲੇ ਦਿਖਾਉਂਦੇ ਤੁਹਾਨੂੰ। ਪੰਜਾਬ ਦੇ ਤੁਸੀਂ ਚੈੱਕ ਕਰੋ ਸਾਰੇ ਕਿੰਨੇ ਆ, ਵੈਸੇ ਇਹਦੇ ਇਸ ਲਿਸਟ 'ਤੇ 23 ਨੇ, 23 ਨੇ ਅਤੇ ਅਗਲੀ 'ਤੇ ਜਾ ਕੇ 54 ਖਤਮ ਹੁੰਦੇ ਨੇ ਅਤੇ ਇੱਥੋਂ ਇਹਦੇ ਵਿੱਚ ਨਹੀਂ। ਪੰਜਾਬ ਸਾਰੇ ਨੇ ਜਿਹੜੇ, ਮਦਰਾਸ ਦੇ ਨੇ, ਬੰਗਾਲੀ ਨੇ, ਹੋਰ ਆਸਾਮ ਦੇ ਨੇ, ਸਾਰੀਆਂ ਵੱਖ ਵੱਖ ਸਟੇਟਸ ਦੇ ਉਹਨਾਂ ਦੇ ਨਾਮ ਲਿਖੇ ਹੋਏ ਆ। 23 ਉਹਦੇ 'ਤੇ ਹੋ ਗਏ, 24 ਤੋਂ ਲੈ ਕੇ 54 ਤੱਕ ਇਸ 'ਤੇ ਹੋ ਗਏ ਅਤੇ 55 ਤੋਂ ਲੈ ਕੇ 73 ਟੋਟਲ ਵਾਸਨਾ ਸਿੰਘ ਤੱਕ ਪੰਜਾਬ ਦੇ ਹੀ ਨੇ। ਅਤੇ ਮੈਂ ਕੁਛ ਨਾਮ ਪੜ੍ਹ ਕੇ ਵੇਖਦਾ, ਵੈਸੇ ਵਿਖਾ ਦਿੰਦਾ, ਤੁਸੀਂ ਪੜ੍ਹ ਵੀ ਲਿਓ ਖੁਦ ਵੀ, ਹੋ ਸਕਦਾ ਤੁਹਾਡੇ ਵੱਡੇ ਵਡੇਰਿਆਂ 'ਚ ਵੀ ਕੋਈ ਹੋਵੇ। ਸਭ ਤੋਂ ਪਹਿਲਾ ਨਾਮ ਸ਼੍ਰੀ ਅਲੀ ਅਹਿਮਦ ਸਦੀਕੀ ਸੀਗਾ, ਫਿਰ ਅਮਰ ਸਿੰਘ, ਭਾਈ ਪਰਮਾਨੰਦ, ਭਾਨ ਸਿੰਘ, ਬਿਸ਼ਨ ਸਿੰਘ, 4 ਬਿਸ਼ਨ ਸਿੰਘ ਨੇ, ਅਤੇ ਅੱਗੇ ਆ ਗਿਆ ਚੰਨਣ ਸਿੰਘ, ਚਤਰ ਸਿੰਘ, ਫਿਰ ਚਤਰ ਸਿੰਘ, ਚੇਤ ਰਾਮ, ਚੂੜ ਸਿੰਘ, ਗੁਰਦਾਸ ਸਿੰਘ, ਗੁਰਦਿੱਤ ਸਿੰਘ, ਗੁਰਮੁਖ ਸਿੰਘ, ਗੁਰਮੁਖ ਸਿੰਘ ਵੀ ਦੋ ਸੀਗੇ, ਹਰਦਿੱਤ ਸਿੰਘ, ਹਰਨਾਮ ਸਿੰਘ, ਹਜ਼ਾਰਾ ਸਿੰਘ, ਹਿਰਦਾ ਰਾਮ, ਅਤੇ ਆਹ ਥੱਲੇ ਹਿਰਦਾ ਰਾਮ ਆ ਗਿਆ, ਹਿਰਦਾ ਸਿੰਘ ਵੀ ਇੱਕ, ਹਿਰਦਾ ਸਿੰਘ, ਇੰਦਰ ਸਿੰਘ, ਸੋਰੀ ਉਹ ਹਿਰਦਾ ਸਿੰਘ ਹੀ ਸੀਗਾ। ਅਤੇ ਆਹ ਇੱਧਰ ਹੋਰ ਅੱਗੇ ਇਹ ਸਾਰੇ ਪੰਜਾਬੀਆਂ ਦੀ ਲਿਸਟ ਆ ਨਾ, ਉਹਨਾਂ ਨੇ ਡਿਵਾਈਡ ਕੀਤੇ ਹੋਏ, ਮੈਂ ਘੁਮਾ ਦਿੰਦਾ ਤੁਸੀਂ ਪੜ੍ਹ ਲਿਓ ਵੈਸੇ ਸਾਰੇ ਨਾਮ ਨੇ ਪੰਜਾਬੀਆਂ ਦੇ ਨਾਮ। 73 ਨਾਮ ਨੇ ਇਹਨਾਂ ਦੇ, 73 ਇੱਥੇ ਜਿਹੜੇ ਇਹਨਾਂ ਨੇ ਲਾਈ ਹੋਈ ਲਿਸਟ ਉਹ 'ਚ 73 ਪੰਜਾਬੀ ਨੇ। ਅੱਗੇ ਬੰਗਾਲ ਦੇ ਨੇ, ਮਦਰਾਸ ਦੇ ਨੇ, ਦਿੱਲੀ ਦੇ ਨੇ, ਇੱਧਰ ਵੀ 2 ਪੰਜਾਬ ਦੇ ਹੈਗੇ ਨੇ ਹੋਰ, ਉੱਧਰ ਯੂਨਾਈਟਿਡ ਪ੍ਰੋਵਿੰਸ ਦੇ ਸੀਗੇ, ਬੰਗਾਲ ਦੇ ਨੇ। ਹਜ਼ਾਰਾ ਸਿੰਘ ਅਤੇ ਖੁਸ਼ੀ ਰਾਮ ਮਹਿਤਾ, ਇਹ 1932 ਤੋਂ 1938 ਦੇ ਵਿੱਚ ਜਿਹੜੇ ਆਏ ਸੀ, ਸਾਲ ਵੀ ਜਿਹੜੇ ਅਲੱਗ ਅਲੱਗ ਉਹਨਾਂ ਨੇ ਇਹ ਵੀ ਲਿਖੇ ਆ, ਅਲੱਗ ਅਲੱਗ ਸਾਲਾਂ ਦੇ ਲਿਖੇ ਹੋਏ ਆ। ਇੱਧਰਲੇ ਪਾਸੇ ਵੀਰ ਸਾਵਰਕਰ ਦੀ ਕੋਠੜੀ ਆ ਜਿੱਥੇ ਉਹਨਾਂ ਨੂੰ ਕੈਦ ਰੱਖਿਆ ਗਿਆ। ਵਿਨਾਇਕ ਦਮੋਦਰ ਸਵਰਕਰ, ਇਹਨਾਂ ਦੇ ਨਾਮ 'ਤੇ ਪੋਰਟ ਬਲੇਅਰ ਦਾ ਏਅਰਪੋਰਟ ਵੀ ਹੈ। ਆਹ ਕੋਠੜੀ ਉਹਨਾਂ ਦੀ, ਸ਼ਰਧਾ ਦੇ ਫੁੱਲ ਅਰਪਿਤ ਕਰਦੇ ਇੱਥੇ ਉਹਨਾਂ ਨੂੰ। ਇੱਧਰ ਤਖਤੀ ਲੱਗੀ ਹੈ 1911 ਤੋਂ 1921 ਤੱਕ, ਯਾਨੀ 10 ਸਾਲ
ਉਹ ਇੱਥੇ ਇਸ ਸੈੱਲ 'ਚ ਇਸ ਕੋਠੜੀ 'ਚ ਬੰਦ ਰਹੇ ਨੇ ਪਤਾ ਨਹੀਂ ਕੀ ਸੋਚ ਕੇ ਉਹਨਾਂ ਨੇ ਕਿਵੇਂ ਬਣਾਈ ਹੋਊਗੀ ਕਿਹੜੇ ਬੰਦੇ ਨੇ ਕਿੱਦਾਂ ਦਾ ਨਕਸ਼ਾ ਤਿਆਰ ਕੀਤਾ ਵੀ ਆਪਾਂ ਐਡੀ ਵੱਡੀ ਬਣਾਉਣੀ ਉੱਪਰਲੇ ਪਾਸੇ ਚੈੱਕ ਕਰੋ ਡਾਟਾ ਕਹਿੰਦੇ ਇਹਨਾਂ ਨੂੰ ਆਹ ਜਿਹੜਾ ਆਰਟ ਉੱਪਰਲੇ ਪਾਸੇ ਹੈ ਨਾ ਇਹਨਾਂ ਨੂੰ ਡਾਟਾ ਕਿਹਾ ਜਾਂਦਾ ਇਹ ਲੈਂਟਰ ਨਹੀਂ ਹੈਗਾ ਅਤੇ ਡਾਟਾਂ ਦੇ ਨਾਲ ਹੀ ਸਾਰੀ ਛੱਤ ਖੜ੍ਹੀ ਹੈ ਬਹੁਤ ਪੁਰਾਣੀ ਹੈ ਪੰਜਾਬ ਦੇ ਵਿੱਚ ਕਿਤੇ ਕਿਤੇ ਪੁਰਾਣੇ ਘਰਾਂ 'ਚ ਹਾਲੇ ਵੀ ਇਹ ਮਿਲ ਜਾਂਦੀ ਹੈ ਜਦੋਂ ਬਾਲੇ ਪਹਿਲਾਂ ਕੱਢੇ ਸੀ ਤਾਂ ਉਹਦੀ ਜਗ੍ਹਾ 'ਤੇ ਆਹ ਡਾਟਾ ਪਾਉਣ ਲੱਗੇ ਸੀਗੇ ਤਕਰੀਬਨ ਅੱਧੀਆਂ ਕੋਠੜੀਆਂ ਖੁੱਲੀਆਂ ਪਈਆਂ ਅੱਧੀਆਂ ਨੂੰ ਲੱਗੇ ਪਏ ਨੇ ਇੱਦਾਂ ਸਾਰੀ ਇੱਕੋ ਜਿਹੀਆਂ ਹੀ ਤਾਂ ਇਹ ਦੇਖੀ ਤੁਸੀਂ ਸੈਲੂਲਰ ਜੇਲ੍ਹ ਜੇ ਇਤਿਹਾਸ 'ਤੇ ਨਜ਼ਰ ਮਾਰੀਏ ਜਿੱਥੇ ਯੋਧੇ ਆਪਣੇ ਦੇਸ਼ ਨੂੰ ਆਜ਼ਾਦ ਕਰਵਾਉਣ ਦੇ ਲਈ ਲੜੇ ਸੀ ਜਾਂ ਸਖ਼ਤ ਸਜ਼ਾਵਾਂ ਦਿੱਤੀਆਂ ਜਾਂਦੀਆਂ ਸੀ ਤਾਂ ਉਹਦੇ ਵਿੱਚ ਇਸ ਜੇਲ੍ਹ ਦਾ ਨਾਮ ਸ਼ੁਮਾਰ ਹੈ ਕਾਲੇ ਪਾਣੀਆਂ ਦੀ ਧਰਤੀ ਇਹਨੂੰ ਕਿਹਾ ਜਾਂਦਾ ਸਾਨੂੰ ਇਹਨਾਂ ਯਾਦਗਾਰਾਂ ਨੂੰ ਸੰਭਾਲ ਕੇ ਵੀ ਰੱਖਣਾ ਚਾਹੀਦਾ ਅਤੇ ਯਾਦ ਵੀ ਰੱਖਣਾ ਚਾਹੀਦਾ ਕਿ ਕਿਵੇਂ ਸਾਡੇ ਯੋਧੇ ਲੜੇ ਸੀ ਅਤੇ ਦੇਸ਼ ਨੂੰ ਆਜ਼ਾਦ ਕਰਵਾਇਆ ਸੀ